ਹਾਂਜੀ ਮਾਨ ਸਾਹਿਬ, ਅੱਜ ਜੋ ਤੁਸੀਂ ਇੱਥੇ ਸ਼ਹੀਦੀ ਕਾਨਫਰੰਸ ਕੀਤੀ ਆ, ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਸਾਰਾ ਤੁਸੀਂ ਰਿਕਾਰਡ ਕਰ ਲਿਆ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹੁਣ ਮੌਕਾ ਹੈਗਾ ਕਿ ਸਿੱਖ ਆਜ਼ਾਦ ਹੋਣ ਜੀ, ਗੁਲਾਮ ਰਹਿ ਕੇ ਅਸੀਂ ਜ਼ਲਾਲਤ ਨੂੰ ਕਬੂਲ ਕਰ ਰਹੇ ਹਾਂ। ਸਿੱਖ ਕਦੇ ਕਿਸੇ ਦੇ ਅਧੀਨ ਕਿਸੇ ਦੇ ਗੁਲਾਮ ਨਹੀਂ ਰਿਹਾ। ਸਾਹਿਬਜ਼ਾਦਿਆਂ ਨੂੰ ਸੂਬੇ ਵਜੀਦ ਖਾਨ ਨੇ ਕਿਹਾ ਸੀ ਕਿ ਤੁਸੀਂ ਇਸਲਾਮ ਕਬੂਲ ਕਰੋ, ਤੁਹਾਨੂੰ ਬੇਗਮਾਂ ਵੀ ਦੇਵਾਂਗੇ ਅਤੇ ਤੁਹਾਨੂੰ ਅਸੀਂ ਨਵਾਬੀਆਂ ਵੀ ਦੇਵਾਂਗੇ। ਸਾਹਿਬਜ਼ਾਦਿਆਂ ਨੇ ਕਿਹਾ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਦਸਵੇਂ ਪਾਤਸ਼ਾਹ ਨੇ ਕਿਹਾ, ਇਨ ਗਰੀਬ ਸਿੱਖੋਂ ਕੋ ਦੂੰ ਬਾਦਸ਼ਾਹੀ। ਨਵਾਬੀ ਬਹੁਤ ਛੋਟੀ ਹੁੰਦੀ ਹੈ ਬਾਦਸ਼ਾਹੀ ਤੋਂ, ਅਸੀਂ ਬਾਦਸ਼ਾਹੀ ਲਵਾਂਗੇ। ਸਾਨੂੰ ਨਾ ਬੇਗਮ ਚਾਹੀਦੀ ਹੈ ਨਾ ਸਾਨੂੰ ਨਵਾਬੀ ਚਾਹੀਦੀ ਹੈ। ਇਸ ਕਰਕੇ ਅੱਜ ਇਹੋ ਜਿਹਾ ਮੌਕਾ ਆ ਗਿਆ ਕਿ ਸੈਂਟਰ ਦੀ BJP RSS ਮੋਦੀ ਦੀ ਸਰਕਾਰ ਅਤੇ ਉਹਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਤੇ ਰੋ ਅਤੇ IB ਅਤੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਹੈ, ਉਹਨਾਂ ਨੇ ਬਾਹਰਲੇ ਮੁਲਕਾਂ ਅਤੇ ਵਿੱਚ ਸਾਡੇ ਇੱਥੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਕੀਤਾ, ਫਿਰ ਰਿਪੂਦਮਨ ਸਿੰਘ ਮਲਿਕ ਨੂੰ ਕੀਤਾ, ਸੁਖਦੂਲ ਸਿੰਘ ਨੂੰ, ਇਹ ਤਿੰਨਾਂ ਨੂੰ ਕੈਨੇਡਾ ਦੇ ਵਿੱਚ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਇਹਨਾਂ ਨੂੰ ਅਸੈਸੀਨੇਟ ਕੀਤਾ। ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਕਰ ਦਿੱਤਾ ਹੈਗਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਬੰਜਵੜ ਨੂੰ ਅਤੇ ਰੋਡੇ ਸਾਹਿਬ ਦੇ ਭਰਾ ਨੂੰ ਲਖਬੀਰ ਸਿੰਘ ਨੂੰ ਉੱਥੇ ਅਸੈਸੀਨੇਟ ਕਰਤਾ। ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਅਤੇ ਪੰਜਾਬ ਦੇ ਵਿੱਚ ਭਾਈ ਮੂਸੇਵਾਲ ਨੂੰ ਸ਼ਹੀਦ ਕਰ ਦਿੱਤਾ ਹੈਗਾ। ਸੋ ਇਹਦੇ ਨਾਲ ਜਿਹੜੇ ਲਹਿੰਦੇ ਵੱਲ ਦੇ ਜਮਹੂਰੀਅਤ ਪਸੰਦ ਮੁਲਕ ਹੈਗੇ ਹੈ, ਉਹਨਾਂ ਨੇ ਬਹੁਤ ਇਤਰਾਜ਼ ਕੀਤਾ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇਹ ਖੁਫੀਆ ਏਜੰਸੀਆਂ, ਜੇ ਅਮਰੀਕਾ ਦੀ ਪੁਲਿਸ ਨੂੰ ਪਤਾ ਨਾ ਲੱਗਦਾ ਤਾਂ ਇਹਨਾਂ ਨੇ ਨਿਊਯਾਰਕ ਦੇ ਵਿੱਚ ਪੰਨੂ ਨੂੰ ਵੀ ਕਤਲ ਕਰ ਦੇਣਾ ਸੀਗਾ। ਇਸ ਕਰਕੇ ਜਿਹੜੇ ਅਮਰੀਕਾ ਦਾ ਮੁਲਕ ਹੈ ਉਸ ਨੇ ਸਿੱਧੀ ਗੱਲ ਮੋਦੀ ਸਾਹਿਬ ਦੇ ਨਾਲ ਜਦੋਂ G20 ਦੀ ਮੀਟਿੰਗ ਹੋਈ ਸੀ ਗੱਲਬਾਤ ਕੀਤੀ ਸੀ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਵਿਦੇਸ਼ੀ ਸੈਕਟਰੀ ਆਫ ਸਟੇਟ ਇੱਥੇ ਭੇਜਿਆ। ਉਸ ਤੋਂ ਬਾਅਦ ਜਿਹੜਾ ਰੱਖਿਆ ਦਾ ਵਜ਼ੀਰ ਹੈ ਮਿਸਟਰ ਔਸਟਨ,
ਉਹਨੂੰ ਅਮਰੀਕਾ ਨੇ ਇੱਥੇ ਭੇਜਿਆ। ਫਿਰ ਅਮਰੀਕਾ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਸੁਲੇਮਾਨ, ਉਹਨੂੰ ਇੱਥੇ ਭੇਜਿਆ। ਹੁਣ ਜਿਹੜੀ ਤਫਤੀਸ਼ੀ ਏਜੰਸੀ FBI ਉਹਦਾ ਡਾਇਰੈਕਟਰ, ਉਸ ਨੂੰ ਵੀ ਭੇਜਿਆ ਕਿ ਤੁਸੀਂ ਦੱਸੋ ਸਾਡੇ ਮੁਲਜ਼ਮ ਕਿਹੜੇ ਕਿਹੜੇ ਹੈ, ਅਤੇ ਅਸੀਂ ਤੁਹਾਡੇ ਨਾਲ ਬਹੁਤ ਖਫਾ ਹੈਗੇ ਹੈ। ਔਰ 26 ਤਰੀਕ ਰਿਪਬਲਿਕ ਡੇ ਹੁੰਦਾ, ਜਿੱਦਣ ਇੰਡੀਆ ਆਪਣੀ ਫੌਜ ਦੀ ਪਰੇਡ ਦਿੱਲੀ ਦੇ ਵਿੱਚ ਕਰਦਾ, ਉਹਦਾ ਮੁੱਖ ਮਹਿਮਾਨ ਐਤਕੀ ਅਮਰੀਕਾ ਦੇ ਪ੍ਰੈਜੀਡੈਂਟ ਬਾਈਡਨ ਸਾਹਿਬ ਨੂੰ ਸੱਦਿਆ ਸੀ, ਪਰ ਕਿਉਂ ਕਰਕੇ ਸਿੱਖਾਂ ਦੇ ਕਤਲ ਕੀਤੇ ਗਏ ਹੈ, ਅਮਰੀਕਾ ਦੇ ਪ੍ਰਧਾਨ ਬਾਈਡਨ ਸਾਹਿਬ ਨੇ ਕਿਹਾ ਮੈਂ ਤੁਹਾਡੀ ਢੂਈ ਨਹੀਂ ਮਾਰਦਾ, ਮੈਂ ਨਹੀਂ ਆਉਂਦਾ ਤੁਹਾਡੇ ਰਿਪਬਲਿਕ ਡੇ 'ਤੇ। 26 ਤਰੀਕ ਨੂੰ ਰਿਪਬਲਿਕ ਡੇ ਪਰੇਡ ਤੋਂ ਬਾਅਦ ਜਿਹੜਾ ਇਹਨਾਂ ਨੇ ਰੱਖਿਆ ਦਾ ਸਮਝੌਤਾ ਕੀਤਾ, ਉਹਦਾ ਨਾਂ ਹੈ ਕੁਆਡ। ਉਹਦੇ ਮੈਂਬਰ ਹੈਗੇ ਆ ਅਮਰੀਕਾ, ਜਪਾਨ, ਆਸਟ੍ਰੇਲੀਆ ਅਤੇ ਇੰਡੀਆ। ਉਹਨਾਂ ਦੀ ਬਹੁਤ ਵੱਡੀ ਮੀਟਿੰਗ ਹੋਣੀ ਸੀ, ਕਿਉਂ ਕਰਕੇ ਚੀਨ ਬਹੁਤ ਉੱਤੇ ਨੂੰ ਚੜ੍ਹਦਾ ਆ ਰਿਹਾ ਹੈ, ਅਤੇ ਉਹ ਮੀਟਿੰਗ ਨੂੰ ਵੀ ਅਮੈਰੀਕਾ ਦੇ ਪ੍ਰਧਾਨ ਸਾਹਿਬ ਨੇ ਕੈਂਸਲ ਕਰਤਾ। ਹੁਣ ਨਾ ਤਾਂ ਜਪਾਨ ਦਾ ਪ੍ਰਾਈਮ ਮਿਨਿਸਟਰ ਆ ਰਿਹਾ ਅਤੇ ਨਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆ ਰਿਹਾ, ਅਤੇ ਰੱਖਿਆ ਦਾ ਵੀ ਖਤਮ ਹੋ ਗਿਆ। ਹੁਣ ਇਹਨਾਂ ਨੂੰ ਲੱਭਿਆ ਕਿ ਪਹਿਲਾਂ ਅਮਰੀਕਾ ਦੇ ਨਾਲ ਦੋਸਤੀ ਕਰ ਲਓ, ਜਿਹੜੀ ਤੋੜੀ ਸੀਗੀ ਰੂਸ ਦੇ ਨਾਲ, ਹੁਣ ਇੰਡੀਆ ਨੇ ਆਪਣਾ ਵਿਦੇਸ਼ੀ ਵਜ਼ੀਰ ਜੈਸ਼ੰਕਰ ਰੂਸ ਭੇਜਿਆ, ਅਤੇ ਰੂਸ ਦਾ ਤੁਹਾਨੂੰ ਪਤਾ ਬਹੁਤ ਬੁਰਾ ਹਾਲ ਹੈ, ਉਹਦੀ ਲੜਾਈ ਲੱਗੀ ਹੋਈ ਹੈ ਯੂਕਰੇਨ ਦੇ ਨਾਲ, ਉਹਦੇ ਕੋਲ ਨਾ ਪੈਸਾ ਹੈ, ਨਾ ਉਹਦੇ ਕੋਲ ਸਿਪਾਹੀ ਹੈਗੇ ਹੈ, ਨਾ ਉਹਨਾਂ ਕੋਲ ਅਸਲਾ, ਅਤੇ ਉੱਥੇ ਕੀ ਲੈ ਕੇ ਆਊਗਾ, ਕੀ ਦੇ ਕੇ ਆਊਗਾ। ਇਹ ਹਿੰਦੁਸਤਾਨ ਦੀ ਹਾਲਾਤ ਐਡੇ ਖਰਾਬ ਹੋ ਗਏ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਜਿਹੜੇ ਪੱਛਮੀ ਲਹਿੰਦੇ ਵਾਲੇ ਮੁਲਕਾਂ ਨੇ, ਨੇਟੋ ਨੇ, ਸਾਰਿਆਂ ਨੇ ਰੋਸ ਕੀਤਾ ਕਿ ਸਿੱਖਾਂ ਨੂੰ ਮਾਰਿਆ ਗਿਆ, ਅਜੇ ਤੱਕ ਇਸਲਾਮਿਕ ਪਾਕਿਸਤਾਨ ਤੋਂ ਕੋਈ ਆਵਾਜ਼ ਨਹੀਂ ਆਈ ਕਿ ਉਹਨਾਂ ਨੇ ਕੀ ਤਫਤੀਸ਼ ਕੀਤੀ ਹੈ। ਜਿਹੜਾ ਪਰਮਜੀਤ ਸਿੰਘ ਪੰਜਵਾੜ ਅਤੇ ਦੂਸਰਾ ਰੋਡੇ, ਉਹਨਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਕਿਵੇਂ ਸ਼ਹੀਦ ਕੀਤੇ ਆ। ਸੋ ਅਸੀਂ ਪਾਕਿਸਤਾਨ ਤੋਂ ਵੀ ਜਵਾਬ ਮੰਗ ਰਹੇ ਹਾਂ। ਮੈਂ ਮੈਂਬਰ ਪਾਰਲੀਮੈਂਟ ਹੈ, ਪਰ ਐਤਕੀ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ। ਜਿੱਦਣ ਬਜਟ ਦੇ ਉੱਤੇ ਗੱਲ ਹੋਣੀ ਸੀ, ਮੈਂ ਟਾਈਮ ਮੰਗਿਆ ਜਿਹੜਾ ਮੇਰਾ ਹੱਕ ਹੈ, ਪਰ ਜਿਹੜਾ ਸਪੀਕਰ ਮਤਸਵੀ ਹੈ ਬਿਰਲਾ ਅਤੇ ਦੂਜਿਆਂ ਨੇ ਮੈਨੂੰ ਟਾਈਮ ਨਹੀਂ ਦਿੱਤਾ, ਰੋਸ ਵਜੋਂ ਮੈਂ ਆਪਣੀ ਸੀਟ ਪਾਰਲੀਮੈਂਟ ਦੇ ਵਿੱਚ 2 ਵਜੇ ਦੁਪਹਿਰੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਜਦੋਂ ਤੱਕ ਪਾਰਲੀਮੈਂਟ ਚੱਲੀ ਹੈ, ਮੈਂ ਖੜ੍ਹਾ ਰਿਹਾ, ਪਰ ਤਾਂ ਵੀ ਮੈਨੂੰ ਟਾਈਮ ਨਹੀਂ ਦਿੱਤਾ ਗਿਆ। ਇੱਕ BJP ਦਾ ਮੈਂਬਰ ਕਹਿੰਦਾ, ਮਾਨ ਸਾਹਿਬ ਆਜ ਸਾਰੀ ਰਾਤ ਖੜ੍ਹੇ ਰਹੋ। ਮੈਨੇ ਆਖਾ ਗੱਲ ਤਾਂ ਨਹੀਂ ਕਰਨੀ,
ਜੇ ਟੈਲੀਫੋਨ ਬੰਦ ਕਰ ਦੋਗੇ ਮੈਂ ਕਹਿ ਦੂੰਗਾ। ਮੈਂ ਰਾਤ ਆਜ ਤੇਰੇ ਘਰ ਹੀ ਕਾਟੂੰਗਾ, ਉਹਦਾ ਮਤਲਬ ਤੁਸੀਂ ਸਮਝ ਲਓ ਕੀ ਹੁੰਦਾ ਹੈਗਾ। ਉਹ ਤਾਂ ਪਿੱਛੇ ਚਲੇ ਗਿਆ, ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਕਿ ਸਿੱਖੀ ਹੈਗੀ ਹੈ। ਨਾਲੇ ਦੂਸਰੀ ਗੱਲ ਹੈ ਕਿ ਮੈਂ ਉੱਥੋਂ ਦਾ ਐਮ ਪੀ ਹਾਂ ਸੰਗਰੂਰ ਦਾ, ਉਹ ਮੇਰਾ ਹੈਗਾ ਵੋਟਰ। ਹੁਣ ਕੋਈ ਵੀ ਐਮ ਪੀ ਆਪਣੇ ਵੋਟਰ ਨੂੰ ਤਾਂ ਨਾਰਾਜ਼ ਨਹੀਂ ਨਾ ਕਰ ਸਕਦਾ। ਠੀਕ ਹੈ ਜੀ।